ਹਾਂ ਜੀ, ਤਾਂ ਹੁਣ ਆਪਾਂ ਕਰਾਂਗੇ ਜੀ ਕਰੰਟ ਅਫੇਅਰ ਦਾ ਨੈਕਸਟ ਟੌਪਿਕ, ਜਿਹਦੇ ਵਿੱਚ ਆਪਾਂ ਇੰਪੋਰਟੈਂਟ ਐਕਸਰਸਾਈਜ਼ ਬਾਰੇ ਗੱਲ ਕਰਾਂਗੇ, ਜਿਹੜੀਆਂ ਕਿ ਕਰੰਟ ਦੇ ਵਿੱਚ ਚੱਲ ਰਹੀਆਂ ਨੇ, ਜੋ ਨਿਊਜ਼ ਦੇ ਵਿੱਚ ਨੇ। ਤੇ ਇਸ ਤੋਂ ਬਿਨਾਂ ਸਟੂਡੈਂਟਸ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਹਨਾਂ ਐਕਸਰਸਾਈਜ਼ ਨੂੰ ਯਾਦ ਰੱਖਣ ਦੀ। ਤਾਂ ਜਿਹਨਾਂ ਐਕਸਰਸਾਈਜ਼ ਦੇ ਉੱਪਰ ਟ੍ਰਿਕਸ ਨੇ ਜਿਹੜੀਆਂ ਬਣ ਸਕਦੀਆਂ ਨੇ, ਤੇ ਨਾਲ ਆਪਾਂ ਉਹਨਾਂ ਟ੍ਰਿਕਸ ਨੂੰ ਵੀ ਕੀ ਕਰਾਂਗੇ, ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਇਹ ਸਾਰੀਆਂ ਇੰਪੋਰਟੈਂਟ ਐਕਸਰਸਾਈਜ਼ ਨੇ, ਪਿਛਲੇ 3-4 ਮੰਥਸ ਤੋਂ ਜਿਹੜੀਆਂ ਚੱਲ ਰਹੀਆਂ ਨੇ ਉਹ ਅਸੀਂ ਇਹਦੇ ਵਿੱਚ ਕੀ ਕੀਤੀਆਂ ਨੇ ਜੀ, ਕਵਰ ਕੀਤੀਆਂ ਨੇ। ਇੱਕ ਹੀ ਜਗ੍ਹਾ ਦੇ ਉੱਪਰ ਸਾਰੀਆਂ ਜਿਹੜੀਆਂ ਕਵਰ ਕਰ ਦਿੱਤੀਆਂ ਗਈਆਂ ਨੇ, ਤੁਹਾਨੂੰ ਅਲੱਗ ਅਲੱਗ ਉਹਦੇ ਵਿੱਚੋਂ ਨਹੀਂ ਪੜ੍ਹਨੀਆਂ ਪੈਣਗੀਆਂ। ਤਾਂ ਤੁਹਾਡੇ ਲਈ ਯਾਦ ਰੱਖਣਾ ਇਹਨੂੰ ਕਾਫੀ ਜ਼ਿਆਦਾ ਕੀ ਹੋ ਜਾਏਗਾ ਜੀ, ਈਜ਼ੀ ਹੋ ਜਾਏਗਾ। ਤਾਂ ਚਲੋ ਸਟਾਰਟ ਕਰਦੇ ਹਾਂ ਜੀ ਆਪਣਾ। ਤਾਂ ਸਭ ਤੋਂ ਪਹਿਲੀ ਐਕਸਰਸਾਈਜ਼ ਹੈਗੀ ਹੈ ਜੀ ਆਪਣੀ ਬੋਂਗੋ ਸਾਗਰ। ਦੇਖੋ ਬੋਂਗੋ ਸਾਗਰ ਕੀ ਹੈ ਜੀ, ਐਕਸਰਸਾਈਜ਼ ਰੀਸੈਂਟ ਹੋਈ ਹੈ, ਕਿੱਥੇ ਹੋਈ ਹੈ, ਮੋਗਲਾ ਕੋਟ। ਤਾਂ ਮੋਗਲਾ ਕੋਟ ਨਿਊਜ਼ ਦੇ ਵਿੱਚ ਤਾਂ ਪੁੱਛਿਆ ਜਾ ਸਕਦਾ ਕਿ ਮੋਗਲਾ ਕੋਟ ਕਿੱਥੇ ਹੈ, ਤਾਂ ਮੋਗਲਾ ਕੋਟ ਹੈਗਾ ਜੀ ਬਾਂਗਲਾਦੇਸ਼ ਦੇ ਵਿੱਚ। ਔਰ ਜਿਹੜੀ ਇਹ ਐਕਸਰਸਾਈਜ਼ ਹੈ ਬੋਂਗੋ ਸਾਗਰ, ਇਹ ਕਿਹਦੇ ਵਿਚਕਾਰ ਹੋਈ ਹੈ, ਇੰਡੀਆ ਔਰ ਬਾਂਗਲਾਦੇਸ਼ ਦੇ ਵਿਚਕਾਰ ਹੋਈ ਹੈ। ਹੁਣ ਦੇਖੋ ਇਹਨੂੰ ਆਪਾਂ ਯਾਦ ਕਰਨ ਦਾ ਇੱਕ ਟ੍ਰਿਕ ਹੈ, ਦੇਖਦੇ ਹਾਂ। ਅਗਰ ਆਪਾਂ ਬਾਂਗਲਾਦੇਸ਼ ਵਾਲੀ ਸਾਈਡ, ਵੈਸਟ ਬੰਗਾਲ ਉਧਰਲੀ ਸਾਈਡ ਵਿੱਚ ਨਾਲ ਹੀ ਪੈਂਦਾ ਹੈ, ਵੈਸਟ ਬੰਗਾਲ ਦਾ ਹੀ ਇੱਕ ਪਾਰਟ ਸੀਗਾ ਜੀ ਬਾਂਗਲਾਦੇਸ਼, ਤਾਂ ਉਹ ਜਿਹੜੇ ਮਤਲਬ ਲੋਕ ਨੇ ਉਹ ਜਿੱਦਾਂ ਆਪਾਂ ਬੋਲਦੇ ਹਾਂ ਰਸਗੋਲਾ, ਠੀਕ ਹੈ, ਰਸਗੋਲਾ ਏਦਾਂ ਕਰਕੇ ਬੋਲਦੇ ਨੇ। ਤਾਂ ਇਹ ਜੋ ਰਾਈਮਿੰਗ ਹੈ ਥੋੜੀ ਥੋੜੀ ਉਸ ਚੀਜ਼ ਦੇ ਨਾਲ ਕੀ ਹੈ ਜੀ, ਮਿਲਦੀ ਹੈ, ਠੀਕ ਹੈ। ਬਾਕੀ ਇਸ ਤੋਂ ਬਿਨਾਂ ਅਗਰ ਆਪਾਂ ਐਵੇਂ ਦੇਖੀਏ, ਬੀ ਤੋਂ ਹੀ ਬਾਂਗਲਾਦੇਸ਼ ਹੈ ਔਰ ਬੀ ਤੋਂ ਹੀ ਕੀ ਹੈ ਆਪਣੇ ਪਾਸ, ਬੋਂਗੋ ਹੈ। ਤਾਂ ਏਦਾਂ ਕਰਕੇ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ ਕਿ ਜੋ ਬੋਂਗੋ ਸਾਗਰ ਹੈ ਉਹ ਕਿਹਦੇ ਨਾਲ ਹੋਈ ਹੈ ਜੀ, ਬਾਂਗਲਾਦੇਸ਼ ਦੇ ਨਾਲ ਹੋਈ ਹੈ, ਇੰਡੀਆ ਔਰ ਬਾਂਗਲਾਦੇਸ਼ ਦੇ ਵਿਚਕਾਰ। ਔਰ ਬੋਂਗੋ ਔਰ ਮੋਂਗੋ, ਠੀਕ ਹੈ, ਬੋਂਗੋ ਮੋਂਗੋ, ਮੋਂਗਲਾ ਕੋਟ, ਠੀਕ ਹੈ, ਬੋਂਗੋ ਮੋਂਗੋ, ਇਹ ਵੀ ਰਾਈਮਿੰਗ ਕੀ ਕਰ ਰਹੀ ਹੈ ਜੀ, ਮੈਚ ਕਰ ਰਹੀ ਹੈ। ਤਾਂ ਏਦਾਂ ਤੁਸੀਂ ਕੀ ਰੱਖ ਸਕਦੇ ਹੋ ਜੀ, ਇਸਨੂੰ ਯਾਦ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਇਹ ਹੋ ਗਈ ਜੀ ਆਪਣੀ ਫਸਟ ਐਕਸਰਸਾਈਜ਼। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਦੂਸਰੀ ਐਕਸਰਸਾਈਜ਼ ਦੇ ਉੱਪਰ, ਜਿਹੜੀ ਨਿਊਜ਼ ਦੇ ਵਿੱਚ ਹੈ। ਦੂਸਰੀ ਐਕਸਰਸਾਈਜ਼ ਹੈਗੀ ਹੈ ਜੀ ਸਮਪ੍ਰੀਤੀ ਐਕਸ। ਸਮਪ੍ਰੀਤੀ ਐਕਸ ਜਿਹੜੀ ਐਕਸਰਸਾਈਜ਼ ਹੈ ਜੀ, ਉਹ ਜੁਆਇੰਟ ਐਕਸਰਸਾਈਜ਼ ਹੈ, ਕਿਹਦੇ ਕਿਹਦੇ ਵਿਚਕਾਰ, ਇਹੀ ਇੰਡੀਆ ਔਰ ਬਾਂਗਲਾਦੇਸ਼ ਦੇ ਵਿਚਕਾਰ, ਠੀਕ ਹੈ ਜੀ। ਇੱਥੇ ਇਹ ਹੈ, ਸਪੈਲਿੰਗ ਥੋੜੀ ਕਰੈਕਟ ਕਰ ਦਿਓ। ਤਾਂ ਸਮਪ੍ਰੀਤੀ ਐਕਸ ਦਾ ਮਤਲਬ ਦੇਖੋ, ਹੁਣ ਆਪਣੇ ਸਟਾਰਟਿੰਗ ਦੇ ਵਿੱਚ ਦੋ ਕੀ ਪੜੀਆਂ ਨੇ, ਨਾਲ ਹੀ ਪੜੀਆਂ ਨੇ, ਮਤਲਬ ਬਾਂਗਲਾਦੇਸ਼ ਦੇ ਨਾਲ ਆਪਾਂ ਨੇ ਸਟਾਰਟਿੰਗ ਚ ਦੋ ਐਕਸਰਸਾਈਜ਼ ਨਾਲ ਪੜੀਆਂ ਸੀ, ਆਪਾਂ ਨੂੰ ਏਦਾਂ ਯਾਦ ਆ ਜਾਏਗਾ। ਇੱਕ ਬੋਂਗੋ ਸੀ ਔਰ ਦੂਸਰੀ ਕਿਹੜੀ ਸੀ, ਸਮਪ੍ਰੀਤੀ ਐਕਸਰਸਾਈਜ਼, ਇਹ ਵੀ ਇੰਡੀਆ ਔਰ ਬਾਂਗਲਾਦੇਸ਼ ਦੇ ਕੀ ਹੋਈ ਹੈ ਜੀ, ਵਿਚਕਾਰ ਹੋਈ। ਉਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਬਾਲਟੋਕਸ 22 ਐਕਸਰਸਾਈਜ਼। 22 ਮਤਲਬ ਕਿਉਂਕਿ 22 ਦੇ ਵਿੱਚ ਹੋਈ ਹੈ। ਹੁਣ ਇਹ ਕਿੱਥੇ ਹੋਈ ਹੈ ਜੀ, ਇਹ ਬੈਲਟਿਕ ਸੀ ਦੇ ਵਿੱਚ ਹੋਈ ਹੈ। ਦੇਖੋ ਬਾਲ ਇੱਥੇ ਵੀ ਬੈਲ ਹੈ, ਇੱਥੋਂ ਵੀ ਬੈਲ ਹੈ। ਤਾਂ ਏਦਾਂ ਕਰਕੇ ਤੁਸੀਂ ਇਹਨੂੰ ਕੀ ਕਰ ਸਕਦੇ ਹੋ, ਆਪਸ ਦੇ ਵਿੱਚ ਜੋੜ ਸਕਦੇ ਹੋ। ਔਰ ਇਹ ਕਿਹਨੇ ਹੋਸਟ ਕੀਤੀ ਹੈ ਜੀ, USA ਨੇ। ਔਰ ਇਹਦੇ ਵਿੱਚ ਮਲਟੀ ਨੇਸ਼ਨ ਨੇ ਕੀ ਕੀਤਾ ਜੀ, ਪਾਰਟਿਸਿਪੇਟ ਕੀਤਾ ਹੈ। ਔਰ ਠੀਕ ਹੈ, ਬੈਲਟਿਕ ਸੀ ਦੇ ਵਿੱਚ ਹੋਈ ਹੈ, ਤਾਂ ਕੀ ਹੈ ਜੀ, ਇੱਕ ਨੇਵਲ ਐਕਸਰਸਾਈਜ਼ ਹੈ, ਮਤਲਬ ਨੇਵਲ ਐਕਸਰਸਾਈਜ਼ ਹੈ, ਇਹ ਵੀ ਆਪਾਂ ਨੂੰ ਇੱਥੋਂ ਕੀ ਹੁੰਦਾ ਜੀ, ਕਲੀਅਰ ਹੁੰਦਾ, ਠੀਕ ਹੈ। ਮਲਟੀ ਨੇਸ਼ਨ ਬੀ ਤੋਂ BL ਬੈਲਟਿਕ, ਠੀਕ ਹੈ ਜੀ, ਬੈਲਟਿਕ ਹੋ ਗਿਆ, ਔਰ ਬੀ ਤੋਂ ਹੀ ਕੀ ਹੋ ਗਿਆ ਆਪਣੇ ਪਾਸ, ਮੈਲ ਤੋਂ ਬੈਲਟ੍ਰੌਕਸ ਹੋ ਗਿਆ। ਤਾਂ ਏਦਾਂ ਦੇ ਥੋੜੇ ਥੋੜੇ ਟ੍ਰਿਕਸ ਨੇ, ਜਦੋਂ ਆਪਾਂ ਕੋਈ ਵੀ ਕਾਫੀ ਸਾਰਾ ਡਾਟਾ ਪੜ੍ਹਨਾ ਹੈ ਤਾਂ ਤੁਸੀਂ ਉੱਥੇ ਯੂਜ ਕਰਨੇ ਨੇ, ਜਿੰਨਾ ਤੁਹਾਨੂੰ, ਤਾਂ ਕਿ ਇਹਦੇ ਨਾਲ ਜਿਹੜਾ ਡਾਟਾ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਕੀ ਰਹੇ ਯਾਦ, ਠੀਕ ਹੈ ਜੀ। ਚਲੋ ਅੱਛਾ, ਉਸ ਤੋਂ ਬਾਅਦ ਨੈਕਸਟ ਡੇ ਕਿ ਆਪਾਂ ਖਾਨ ਫੈਸਟ 2022 ਅਗਲੀ ਐਕਸਰਸਾਈਜ਼ ਹੈ। ਹੁਣ ਇਹ ਕਿਹਦੇ ਕਿਹਦੇ ਵਿੱਚ ਕਰ ਰਹੀ ਹੈ, ਪਹਿਲੀ ਗੱਲ ਤਾਂ ਇਹ ਆਰਮੀ ਐਕਸਰਸਾਈਜ਼ ਹੈ, ਕਿਉਂਕਿ ਬਾਕੀ ਆਪਾਂ ਨੇ ਨੇਵਲ ਐਕਸਰਸਾਈਜ਼ ਪੜ੍ਹੀਆਂ ਨੇ। ਇਹ ਕੀ ਹੈ ਜੀ, ਆਰਮਡ ਇੰਡੀਅਨ ਆਰਮਡ ਐਕਸਰਸਾਈਜ਼ ਹੈ। ਇਹਦੇ ਵਿੱਚ ਇੰਡੀਆ ਔਰ ਮੰਗੋਲੀਆ ਨੇ ਕੀ ਕੀਤਾ ਜੀ, ਪਾਰਟਿਸਿਪੇਟ ਕੀਤਾ ਹੈ, ਠੀਕ ਹੈ। ਬੇਸਿਕਲੀ ਇੰਡੀਆ ਔਰ ਮੰਗੋਲੀਆ ਦੇ ਵਿਚਕਾਰ ਇਹ ਐਕਸਰਸਾਈਜ਼ ਜਿਹੜੀ ਹੋਈ ਹੈ। ਹੁਣ ਦੇਖੋ ਇਹਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ ਹਾਂ, ਕਿ
ਅਗਰ ਤੁਹਾਨੂੰ ਮੈਡਲ ਵੀ ਲੈਣੀ ਆ, ਥੋੜੀ ਜਿਹੀ ਪਤਾ ਹੋਏਗੀ, ਥੋੜੀ ਬਹੁਤ ਤੁਸੀਂ ਪੜ੍ਹੀ ਹੋਏਗੀ, ਤਾਂ ਉਹਦੇ ਵਿੱਚ ਆਪਾਂ ਇੱਕ ਚੰਗੇਜ਼ ਖਾਨ ਨਾਮ ਦਾ ਇੱਕ ਪਰਸਨ ਹੈ ਜਿਹਦੇ ਬਾਰੇ ਆਪਾਂ ਪੜ੍ਹਿਆ ਹੋਇਆ ਸੀਗਾ, ਉਹ ਕਿੱਥੋਂ ਬਿਲੋਂਗ ਕਰਦਾ ਸੀਗਾ? ਮੰਗੋਲੀਆ ਤੋਂ। ਤਾਂ ਤੁਸੀਂ ਇੱਥੇ ਕਿਵੇਂ ਪੜ੍ਹ ਸਕਦੇ ਹੋ ਜੀ, ਕਿਵੇਂ ਇਹਨੂੰ ਯਾਦ ਰੱਖ ਸਕਦੇ ਹੋ ਕਿ ਇੱਥੇ ਆ ਗਿਆ ਜੀ ਖਾਨ, ਖਾਨ ਤੋਂ ਕੀ ਆ ਗਿਆ? ਚੰਗੇਜ਼ ਖਾਨ ਕਿੱਥੋਂ ਬਿਲੋਂਗ ਕਰਦਾ ਸੀਗਾ? ਮੰਗੋਲੀਆ ਤੋਂ। ਤਾਂ ਏਦਾਂ ਕਰਕੇ ਤੁਸੀਂ ਕੀ ਕਰ ਸਕਦੇ ਹੋ, ਖਾਨ ਕੁਐਸਟ ਐਕਸਰਸਾਈਜ਼ ਨੂੰ ਯਾਦ ਰੱਖ ਸਕਦੇ ਹੋ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਖੰਜਰ 2022, ਖੰਜਰ 2022 ਜਿਹੜੀ ਐਕਸਰਸਾਈਜ਼ ਇਸ ਵਾਰ ਹੋਈ ਹੈ, ਉਹ ਇੰਡੀਆ ਕੇ ਤੋਂ ਹੀ ਖੰਜਰ ਹੈ ਜੀ, ਕੇ ਤੋਂ ਹੀ ਕੀ ਹੈ ਆਪਣੇ ਪਾਸ, ਕਿਰਗਿਸਤਾਨ। ਤਾਂ ਇਹ ਵੀ ਦੋਨੋਂ ਤੁਸੀਂ ਐਦਾਂ ਕਰਕੇ ਯਾਦ ਰੱਖ ਸਕਦੇ ਹੋ। ਅੱਛਾ, ਉਸ ਤੋਂ ਬਾਅਦ ਆਪਣੇ ਪਾਸ ਹੈਗੀ ਆ ਨੈਟ ਪੋਲਰ ਐਕਸ 8। ਹੁਣ ਦੇਖੋ ਜਿਹੜੀ ਇਹ ਐਕਸਰਸਾਈਜ਼ ਹੈ, ਇਹ ਇੰਡੀਆ ਦੇ ਕਿਸੇ ਦੂਸਰੇ ਕੰਟਰੀ ਦੇ ਨਾਲ ਨਹੀਂ ਹੈਗੀ ਹੋਈ, ਇਹ ਕੀ ਹੈ ਜੀ, ਇੱਕ ਪੋਲਿਊਸ਼ਨ ਰਿਸਪੋਨਸਿਵ ਐਕਸਰਸਾਈਜ਼ ਹੈ ਜਿਹੜੀ ਕਿਹਨੇ ਪਰਫੋਰਮ ਕੀਤੀ ਹੈ, ਇੰਡੀਅਨ ਕੋਸਟਲ ਗਾਰਡ ਜਿਹੜੀ ਆਪਣੀ ਫੋਰਸ ਹੈ ਉਹਨੇ ਪਰਫੋਰਮ ਕੀਤੀ ਹੈ, ਤਾਂ ਕਿ ਕੋਸਟਲ ਏਰੀਆ ਦੇ ਵਿੱਚ ਕਿੰਨਾ ਪੋਲਿਊਸ਼ਨ ਹੈ ਉਸ ਚੀਜ਼ ਨੂੰ ਲੋਕਾਂ ਨੂੰ ਅਵੇਅਰ ਕਰਵਾਉਣ ਲਈ, ਉਸ ਚੀਜ਼ ਨੂੰ ਚੈੱਕ ਕਰਨ ਦੇ ਲਈ ਇਹ ਜਿਹੜੀ ਐਕਸਰਸਾਈਜ਼ ਉਹ ਕੀ ਕੀਤੀ ਗਈ ਆ, ਇੰਡੀਅਨ ਕੋਸਟਲ ਗਾਰਡ ਵੱਲੋਂ ਪਰਫੋਰਮ ਕੀਤੀ ਗਈ ਹੈ। ਤਾਂ ਇਹ ਵੀ ਇੰਪੋਰਟੈਂਟ ਹੈ ਜਿਹੜੀ ਨਿਊਜ਼ ਦੇ ਵਿੱਚ ਹੈ, ਤਾਂ ਇਹ ਵੀ ਤੁਸੀਂ ਕੀ ਰੱਖਣੀ ਹੈ, ਧਿਆਨ ਰੱਖਣੀ। ਅੱਛਾ, ਉਸ ਤੋਂ ਬਾਅਦ ਨੈਕਸਟ ਧਰਮਾ ਗਾਰਡੀਅਨ। ਦੇਖੋ ਧਰਮਾ ਗਾਰਡੀਅਨ ਇੱਕ ਸਟੈਟਿਕ ਕੁਐਸਚਨ ਹੈ, ਕਿਉਂਕਿ ਆਪਾਂ ਸਟੈਟਿਕ ਐਕਸਰਸਾਈਜ਼ ਚ ਪੜ੍ਹਦੇ ਹਾਂ ਕਿ ਜਿਹੜੀ ਧਰਮਾ ਗਾਰਡੀਅਨ ਹੈ ਉਹ ਇੰਡੀਆ ਔਰ ਜਾਪਾਨ ਦੇ ਵਿੱਚ ਹੋਈ ਹੈ, ਇਹ ਤਾਂ ਆਪਾਂ ਨੂੰ ਪਤਾ ਹੈ, ਪਰ ਉਹ ਕੁਐਸਚਨ ਥੋੜਾ ਮਿਸ ਕਰਕੇ ਪਾ ਸਕਦਾ ਕਿ ਇਸ ਵਾਰ ਜੋ ਰੀਸੈਂਟ ਹੋਈ ਹੈ 2022 ਦੀ ਉਹ ਕਿੱਥੇ ਹੋਈ ਹੈ। ਤਾਂ ਦੇਖੋ ਜੀ, ਧਰਮਾ ਗਾਰਡੀਅਨ ਇੰਡੀਆ ਔਰ ਜਾਪਾਨ ਦੀ ਐਕਸਰਸਾਈਜ਼ ਹੈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਪਰ ਇਸ ਵਾਰ ਇਹਦਾ ਜਿਹੜਾ 2022 ਐਡੀਸ਼ਨ ਹੈ ਉਹ ਕਿੱਥੇ ਹੋਇਆ ਜੀ, ਉਹ ਹੋਇਆ ਆਪਣੇ ਪਾਸ ਬੇਲਗਾਉਂ। ਤਾਂ ਇਹ ਵੀ ਤੁਸੀਂ ਕੀ ਰੱਖਣਾ ਹੈ ਜੀ, ਧਿਆਨ ਦੇ ਵਿੱਚ ਰੱਖਣਾ ਹੈ ਵੀ ਕਿਹੜੀ ਐਕਸਰਸਾਈਜ਼ ਕਿਹੜੀ ਪਰਟੀਕੁਲਰ ਲੋਕੇਸ਼ਨ ਦੇ ਉੱਪਰ ਹੋਈ ਹੈ, ਤਾਂ ਉਹਦੇ ਬਾਰੇ ਵੀ ਪੇਪਰ ਦੇ ਵਿੱਚ ਕੁਐਸਚਨ ਹੈ ਜਿਹੜਾ ਆ ਜਾਂਦਾ। ਅੱਛਾ, ਉਸ ਤੋਂ ਬਾਅਦ ਮਿਲਨ 2022। ਮਿਲਨ 2022 ਹੈ ਜਿਹੜੀ, ਇਹ ਕੀ ਹੈ ਜੀ, ਮਲਟੀਨੈਸ਼ਨਲ ਐਕਸਰਸਾਈਜ਼ ਹੈ, ਪਰ ਇਹ ਕਿੱਥੇ ਹੋਈ ਹੈ ਜੀ, ਵਿਸ਼ਾਖਾਪਟਨਮ। ਇੰਪੋਰਟੈਂਟ ਹੈ ਜੀ ਇਹ ਨਾਇਕ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਆਇਆ ਸੀ, ਤਾਂ ਕਿੱਥੇ ਹੋਈ ਹੈ ਜੀ ਇਹ, ਵਿਸ਼ਾਖਾਪਟਨਮ ਦੇ ਵਿੱਚ ਹੋਈ ਹੈ। ਔਰ ਇਸ ਐਕਸਰਸਾਈਜ਼ ਦਾ ਕੀ ਹੈ ਜੀ ਥੀਮ ਵੀ ਹੈ, ਇਹਨੂੰ ਟ੍ਰਿਪਲ ਸੀ ਕਰਕੇ ਤੁਸੀਂ ਐਵੇਂ ਯਾਦ ਰੱਖ ਸਕਦੇ ਹੋ, ਕੈਮਰ ਆਈਡੀਅਰ ਫਿਜ਼ਨ ਐਂਡ ਕੋਲੈਬੋਰੇਸ਼ਨ। ਤਾਂ ਇਹਦਾ ਥੀਮ ਵੀ ਤੁਸੀਂ ਯਾਦ ਰੱਖਣਾ ਹੈ, ਔਰ ਇਹ ਜਿਹੜੀ ਐਕਸਰਸਾਈਜ਼ ਦਾ ਕਿੱਥੇ ਹੋਈ ਹੈ, ਇਹਦਾ ਵੈਨਿਊ ਕਿਹੜਾ ਸੀਗਾ, ਵਿਸ਼ਾਖਾਪਟਨਮ ਸੀਗਾ, ਤਾਂ ਇਹਨੂੰ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਇਹਦੇ ਨਾਲ ਆਪਾਂ ਨੇ ਜਿੰਨੀਆਂ ਵੀ ਪਿਛਲੇ 3 ਮੰਥਸ 4 ਮੰਥਸ ਦੇ ਵਿੱਚ ਇੰਪੋਰਟੈਂਟ ਐਕਸਰਸਾਈਜ਼ ਨਿਊਜ਼ ਦੇ ਵਿੱਚ ਰਹੀਆਂ ਨੇ, ਵੈਸੇ ਸਟੈਟਿਕਲੀ ਹੋਰ ਬਹੁਤ ਸਾਰੀਆਂ ਨੇ, ਪਰ ਜੋ ਨਿਊਜ਼ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਆਪਾਂ ਨੇ ਹਰ ਐਂਗਲ ਤੋਂ ਕੀ ਕਰ ਲਿਆ ਜੀ, ਕਵਰ ਕਰ ਲਿਆ, ਠੀਕ ਹੈ ਜੀ। ਤਾਂ ਏਦਾਂ ਹੀ ਕਰੰਟ ਅਫੇਅਰ ਆਪਾਂ ਡਿਟੇਲ ਦੇ ਵਿੱਚ ਹਰ ਐਂਗਲ ਤੋਂ ਕਵਰ ਕਰਕੇ ਪੜ੍ਹਦੇ ਰਵਾਂਗੇ, ਠੀਕ ਹੈ ਜੀ। ਥੈਂਕ ਯੂ।